ਕਰਨਾ ਸੀ ਸੱਜੇ ਕੰਨ ਦਾ ਆਪਰੇਸ਼ਨ, ਡਾਕਟਰ ਨੇ ਕਰ ਦਿੱਤਾ ਖੱਬੇ ਕੰਨ ਦਾ। ਹਸਪਤਾਲ 'ਚ ਡਾਕਟਰ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ। ਪਤਾ ਲੱਗਣ 'ਤੇ ਸਾਰੇ ਡਾਕਟਰ ਹਸਪਤਾਲ 'ਚੋਂ ਹੋਏ ਗਾਇਬ। ਤਾਂ ਦੱਸਦੇ ਕਿ ਲੋਕ ਹਸਪਤਾਲ ਦੇ ਵਿੱਚ ਜਾਂਦੇ ਨੇ ਅਤੇ ਡਾਕਟਰਾਂ 'ਤੇ ਭਰੋਸਾ ਹੁੰਦਾ ਹੈ ਕਿ ਹੁਣ ਡਾਕਟਰ ਸਭ ਕੁਝ ਠੀਕ ਕਰ ਦੇਵੇਗਾ। ਪਰ ਜੇਕਰ ਡਾਕਟਰ ਹੀ ਲਾਪਰਵਾਹੀ ਕਰਨ ਲੱਗ ਜਾਣ ਤਾਂ ਲੋਕ ਕਿਵੇਂ ਡਾਕਟਰਾਂ 'ਤੇ ਭਰੋਸਾ ਕਰਨਗੇ। ਤਾਂ ਦੱਸਦੇ ਕਿ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮਹਿਲਾ ਆਪਣੇ ਕੰਨ ਦਾ ਆਪਰੇਸ਼ਨ ਕਰਵਾਉਣ ਦੇ ਲਈ ਹਸਪਤਾਲ ਦੇ ਵਿੱਚ ਜਾਂਦੀ ਹੈ ਕਿਉਂਕਿ ਉਸਦੇ ਕੰਨ ਦੀ ਹੱਡੀ ਖਰਾਬ ਦੱਸੀ ਜਾਂਦੀ ਹੈ ਅਤੇ ਆਪਣੇ ਪਤੀ ਦੇ ਨਾਲ ਹਸਪਤਾਲ ਪਹੁੰਚਦੀ ਹੈ ਅਤੇ ਕੰਨਾਂ ਦਾ ਮਾਹਰ ਡਾਕਟਰ ਉਸਦਾ ਆਪਰੇਸ਼ਨ ਕਰਦਾ। ਦੱਸਦੀ ਕਿ ਆਪਰੇਸ਼ਨ ਹੋਣਾ ਤਾਂ ਸੱਜੇ ਕੰਨ ਦਾ ਸੀ ਪਰ ਇਸ ਡਾਕਟਰ ਨੇ ਉਸਦੇ ਖੱਬੇ ਕੰਨ ਦਾ ਆਪਰੇਸ਼ਨ ਕਰ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਹਸਪਤਾਲ ਪ੍ਰਸ਼ਾਸਨ 'ਤੇ ਇਲਜ਼ਾਮ ਲਗਾਏ ਗਏ। ਤਾਂ ਦੱਸਦੇ ਕਿ ਮਾਮਲਾ ਮਲੋਟ ਤੋਂ ਸਾਹਮਣੇ ਆਇਆ ਜਿੱਥੇ ਮਰੀਜ਼ ਦੇ ਪਤੀ ਨੇ ਦੱਸਿਆ ਕਿ ਜਦ ਉਸਨੇ ਇਸ ਸੰਬੰਧਿਤ ਡਾਕਟਰ ਨੂੰ ਗਲਤ ਆਪਰੇਸ਼ਨ ਕਰਨ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਸ ਕੰਨ ਦੇ ਵਿੱਚ ਵੀ ਬਿਮਾਰੀ ਸੀ, ਜਿਸ ਤੋਂ ਬਾਅਦ ਉਹ ਇਸ ਸੰਬੰਧੀ SMO ਦੇ ਨਾਲ ਗੱਲਬਾਤ ਕਰਨ ਲਈ ਚਲਾ ਗਿਆ ਤਾਂ ਡਾਕਟਰ ਨੇ ਮੰਨਿਆ ਕਿ ਉਸ ਤੋਂ ਆਪਰੇਸ਼ਨ ਗਲਤ ਹੋਇਆ, ਜਿਸ ਤੋਂ ਬਾਅਦ ਉਹ ਡਾਕਟਰ ਤੁਰੰਤ ਹਸਪਤਾਲ ਦੇ ਵਿੱਚੋਂ ਚਲਾ ਜਾਂਦਾ। ਅਤੇ ਇਸ ਸੰਬੰਧੀ ਪੀੜਿਤ ਮਰੀਜ਼ ਦੇ ਪਤੀ ਨੇ ਇਹ ਵੀ ਦੋਸ਼ ਲਗਾਏ ਕਿ ਆਪਰੇਸ਼ਨ ਤੋਂ ਬਾਅਦ ਉਹਨਾਂ ਤੋਂ ਡਾਕਟਰ ਨੇ 10,000 ਰੁਪਏ ਮੰਗੇ ਸੀ ਅਤੇ ਕਿਹਾ ਕਿ ਇਹ ਹੱਡੀ ਬਦਲਣ ਦੀ ਫੀਸ ਹੈ ਅਤੇ ਜਦੋਂ ਉਸਨੇ ਇਸ ਸੰਬੰਧੀ SMO ਕੋਲ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਇਹ ਪੈਸੇ ਵੀ ਉਸਨੂੰ ਵਾਪਸ ਕਰ ਦਿੱਤੇ ਅਤੇ ਇਸ ਸੰਬੰਧੀ ਉਸਨੇ ਦੱਸਿਆ ਕਿ ਹਸਪਤਾਲ ਦੇ ਵਿੱਚੋਂ ਹੁਣ ਉਹਨਾਂ ਨੂੰ ਕੋਈ ਵੀ ਛੁੱਟੀ ਨਹੀਂ ਦੇ ਰਿਹਾ ਕਿਉਂਕਿ ਡਾਕਟਰ ਤੁਰੰਤ ਹਸਪਤਾਲ ਛੱਡ ਕੇ ਚਲੇ ਗਏ ਤਾਂ ਹਸਪਤਾਲ ਦੇ ਵਿੱਚ ਜੋ ਸਟਾਫ ਹੈ ਉਹ ਇੱਕ ਦੂਸਰੇ ਕੋਲ ਫਾਈਲ ਹੋਣ ਦੀ ਗੱਲ ਕਰ ਰਿਹਾ। ਤਾਂ ਹੁਣ ਮਰੀਜ਼ ਦੇ ਪਤੀ ਨੇ ਇਨਸਾਫ ਦੀ ਮੰਗ ਕੀਤੀ ਹੈ ਕਿਉਂਕਿ ਉਸਦੀ ਪਤਨੀ ਦਾ ਜਿਹੜਾ ਕੰਨ ਖਰਾਬ ਸੀ ਉਹ ਉਸੇ ਤਰ੍ਹਾਂ ਹੀ ਪੀੜਿਤ ਹੈ ਅਤੇ ਪੀਲਾ ਝਲਕ ਰਿਹਾ, ਪਰੰਤੂ ਜਿਹੜਾ ਕੰਨ ਬਿਲਕੁਲ ਠੀਕ ਸੀ ਉਸਨੂੰ ਡਾਕਟਰਾਂ ਨੇ ਪਾੜ ਕੇ ਰੱਖ ਦਿੱਤਾ। ਡਾਕਟਰ ਕੁਸ਼ਲਦੀਪ ਸਿੰਘ ਜਿਨ੍ਹਾਂ ਨੇ ਆਪਰੇਸ਼ਨ ਕੀਤਾ ਹੈ, ਪਿੰਡ ਮੇਰਾ ਸਰਾਵਾ ਹੈ, ਅਤੇ ਆਪਰੇਸ਼ਨ ਇਹਨਾਂ ਦਾ ਰਾਈਟ ਕੰਨ ਦਾ ਸੀ, ਆਪਰੇਸ਼ਨ ਗਲਤ ਕਰਤਾ ਇਹਨਾਂ ਨੇ ਲੈਫਟ ਕੰਨ। ਇਹ ਡਾਕਟਰ ਸਾਹਿਬ ਨੂੰ ਜਦੋਂ ਮੈਂ ਕਿਹਾ ਆ, ਡਾਕਟਰ ਸਾਹਿਬ ਉਹ ਕਹਿੰਦੇ ਕਿ ਨਹੀਂ ਦੂਸਰੇ 'ਚ ਬਿਮਾਰੀ ਸੀ ਜਾ ਰਿਹਾ ਸੀ, ਮੈਨੂੰ ਇਸ ਬਾਰੇ 'ਚ ਇਹਦੇ 'ਚ ਸਾਫ਼ ਸਾਫ਼ ਦਿਖਦਾ ਪਿਆ ਜੀ। ਡਾਕਟਰ ਸਾਹਿਬ ਨਿਸ਼ਾਨੀ ਵੀ ਲਾ ਕੇ ਗਏ ਸੀ ਕਿ ਆਪਾਂ ਰਾਈਟ ਕੰਨ ਦਾ ਆਪਰੇਸ਼ਨ ਕਰਨਾ ਹੈ, ਪਰ ਇਹਨਾਂ ਨੇ ਕੀਤਾ ਲੈਫਟ। ਉਸ ਤੋਂ ਬਾਅਦ ਮੇਰੀ ਕੋਈ, ਮੈਂ ਜਦੋਂ ਡਾਕਟਰ ਸਾਹਿਬ ਨੂੰ ਕਿਹਾ ਕਿ ਇਹ ਗਲਤ ਕਿਉਂ ਕੀਤਾ ਆ, ਮੇਰੀ ਕੋਈ ਗੱਲ ਨਹੀਂ ਸੁਣੀ, ਡਾਕਟਰ ਸਾਹਿਬ ਇੱਥੋਂ ਭੱਜ ਗਏ। ਨਿੱਕੀ ਪ੍ਰੋਬਲਮ ਕੀ ਸੀ ਕੰਨ 'ਚ? ਇਹ ਕੰਨ ਦੀ ਹੱਡੀ ਖਰਾਬ ਹੋ ਗਈ ਸੀ, ਉਹਦੇ 'ਚ ਸੌੜੀ ਵੱਜ ਗਈ ਸੀ, ਉਹਦੀ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਕਿ ਹੱਡੀ ਬਦਲਾਂਗੇ ਆਪਾਂ, ਇਹ ਹੱਡੀ ਬਦਲਣੀ ਸੀ। ਜਦੋਂ ਆਪਰੇਸ਼ਨ ਹੋਇਆ ਤਾਂ ਮੈਂ ਪੁੱਛਿਆ ਕਿ ਆਪਾਂ ਇਹ ਗਲਤ ਕਿਉਂ ਆਪਰੇਸ਼ਨ ਹੋ ਗਿਆ, ਕਹਿੰਦੇ ਕਿ ਨਹੀਂ ਇਹਦੇ 'ਚ ਬਿਮਾਰੀ ਹੈਗੀ ਸੀ, ਤਾਂ ਕਹਿ ਰਿਹਾ ਕਿ ਆਪਾਂ ਹੱਡੀ ਦੂਸਰੇ ਕੰਨ 'ਚ ਪਾਤੀ ਆ ਲੈਫਟ ਕੰਨ 'ਚ, ਯਾਨੀ ਕਿ ਉਹਦੇ 'ਚ ਬਿਮਾਰੀ ਹੈ ਹੀ ਨਹੀਂ ਸੀ, ਫਿਰ ਹੱਡੀ ਕਾਹਤੋਂ ਪਾਈ? ਮੈਂ ਇਹ ਗੱਲ ਪੁੱਛੀ ਡਾਕਟਰ ਸਾਹਿਬ ਨੂੰ, ਉੱਥੋਂ ਕੋਈ ਜਵਾਬ ਨਹੀਂ ਦਿੱਤਾ ਮੈਨੂੰ, ਤਾਂ ਡਾਕਟਰ ਸਾਹਿਬ ਇੱਥੋਂ ਚਲੇ ਗਏ ਚੁੱਪ ਕਰਕੇ। ਹੋਰ ਕਿਸੇ ਕੋਈ ਵੱਡੇ ਡਾਕਟਰ ਨਾਲ ਕੋਈ ਗੱਲਬਾਤ ਹੋਈ? ਮੈਂ SOM ਕੋਲ ਵੀ ਗਿਆ ਜੀ, ਇੱਥੇ ਜਾ ਕੇ ਮੈਂ ਉਹਨਾਂ ਨੂੰ ਵੀ ਸ਼ਿਕਾਇਤ ਕੀਤੀ ਆ, ਤਾਂ ਉਸ ਟਾਈਮ ਦੇ ਡਾਕਟਰ ਸਾਹਿਬ ਨੇ ਕੀਤਾ ਜਦੋਂ ਆਪਰੇਸ਼ਨ ਹੋ ਰਿਹਾ ਸੀ, ਉਸ ਤੋਂ ਬਾਹਰ ਨਿਕਲੇ ਡਾਕਟਰ ਸਾਹਿਬ ਮੈਨੂੰ ਬਾਹਰ ਆ ਕੇ ਸਾਈਡ 'ਤੇ ਕਰਕੇ ਮੈਨੂੰ ਕਹਿੰਦੇ ਕਿ 10,000 ਰੁਪਇਆ ਦੇ ਦਿਓ, ਕਿ ਇਹ ਸਾਡੀ ਫੀਸ ਆ, ਅਸੀਂ ਅੱਡੀ ਨਵੀਂ ਪਾਈ ਆ। ਤਾਂ ਉਹਨਾਂ ਨੇ ਮੇਰੇ ਤੋਂ 10,000 ਰੁਪਇਆ ਜਮ੍ਹਾਂ ਕਰਾਇਆ, ਫਿਰ ਮਰੀਜ਼ ਬਾਹਰ ਕੱਢਿਆ ਆਪਰੇਸ਼ਨ ਤੋਂ। ਤਾਂ ਉਸ ਤੋਂ ਬਾਅਦ ਮੈਂ ਇਹ ਗੱਲ ਜਾ ਕੇ SOM ਨੂੰ ਦੱਸੀ ਹੈ ਕਿ ਇਹਨਾਂ ਨੇ ਇਹ ਕੰਮ ਮੇਰੇ ਨਾਲ ਕੀਤਾ, ਇੱਕ ਆਪਰੇਸ਼ਨ ਗਲਤ ਕੀਤਾ, ਇੱਕ ਮੇਰੇ ਤੋਂ ਪੈਸੇ ਲੈ ਆ। ਤਾਂ SMO ਸਾਹਿਬ ਨੇ ਉਹਨਾਂ ਨੂੰ ਬੁਲਾਇਆ ਡਾਕਟਰ ਸਾਹਿਬ ਨੂੰ, ਉਹਨਾਂ ਨੂੰ ਕਿਹਾ ਕਿ ਆਪਰੇਸ਼ਨ ਗਲਤ ਕਿਉਂ ਕੀਤਾ, ਜਿਹੜੇ ਤੋਂ ਪੈਸੇ ਲਏ ਆ ਤਾਂ ਉਹ ਇਹਨਾਂ ਨੂੰ ਦੇ। ਡਾਕਟਰ ਸਾਹਿਬ ਨੇ ਪੈਸੇ SO ਸਾਹਿਬ ਨੂੰ ਦਿੱਤੇ, ਉਹਨਾਂ ਨੇ ਮੇਰੀ, ਮੈਂ ਲੈ ਨਹੀਂ ਸੀ ਰਿਹਾ, ਮੇਰੇ ਧੱਕੇ ਨਾਲ ਜੇਬ 'ਚ ਪੈਸੇ ਪਾ ਕੇ, ਅਤੇ ਕਹਿੰਦੇ ਵੀ ਕੋਈ ਗੱਲ ਨਹੀਂ। ਫਿਰ ਬਾਹਰ ਆ ਕੇ ਡਾਕਟਰ ਸਾਹਿਬ ਮੈਨੂੰ ਕਹਿੰਦੇ ਵੀ
ਆਪਾਂ ਜਿਵੇਂ ਤੂੰ ਕਹਿੰਦਾ ਆਪਾਂ ਰਾਜੀਨਾਮਾ ਕਰ ਲੈਂਦੇ। ਜਦੋਂ ਪੁੱਛਿਆ ਨੇ ਵੀ ਜੇ ਆਪਰੇਸ਼ਨ ਜੇ ਤੁਹਾਡੇ ਮੁਤਾਬਿਕ ਸਹੀ ਹੈ ਤੇ ਫਿਰ ਮੈਨੂੰ ਪੈਸੇ ਕਿਉਂ ਮੋੜ ਰਹੇ ਹੋ ਤੁਸੀਂ? ਮੈਂ ਇਹ ਗੱਲ ਪੁੱਛੀ ਹੈ ਜੀ ਕਿ ਤੁਸੀਂ ਪੈਸੇ ਪਹਿਲੀ ਗੱਲ ਲੈ ਕਾਹਦੇ ਰਹੇ ਜੀ? ਜੇ ਆਪਰੇਸ਼ਨ ਸਹੀ ਹੈ ਤਾਂ ਦੂਸਰੇ ਨੰਬਰ ਤੇ ਸਰਕਾਰੀ ਹਸਪਤਾਲ ਚ ਪੈਸੇ ਕਾਹਦੇ ਲੈ ਰਹੇ? ਇਹ ਗੱਲ ਵੱਡੀ ਇਹਨਾਂ ਨੂੰ ਪੁੱਛਣ ਵਾਲੀ ਆ। ਜਾਂ ਤਾਂ ਤੁਸੀਂ ਪ੍ਰਾਈਵੇਟ ਹਸਪਤਾਲ ਹੋਵੇ ਆਪ ਪੈਸੇ ਦੇਈਏ ਜੀ। ਤਾਂ ਇਹਨਾਂ ਨੇ ਮਤਲਬ SMO ਸਾਹਿਬ ਨੇ ਮੈਨੂੰ ਮਤਲਬ ਪੈਸੇ ਮੇਰੇ ਜੇਬ ਚ ਪਾਤੇ ਆ ਤੇ ਉਲਟਾ ਮੈਨੂੰ ਬਾਹਰ ਆ ਕੇ ਡਾਕਟਰ ਸਾਹਿਬ ਕਹਿੰਦੇ ਆ ਕਿ ਜੇ ਤੂੰ ਕਹਿੰਦਾ ਆਪਾਂ ਜਿਵੇਂ ਕਹਿੰਦਾ ਆਪਾਂ ਰਾਜੀਨਾਮਾ ਕਰ ਲੈਂਦੇ ਵੀ ਹੁਣ ਵੀ ਕਹਿ ਰਹੇ ਕਿ ਆਪਾਂ ਰਾਜੀਨਾਮਾ ਕਰ ਲੈਣੇ, ਗਲਤੀ ਹੋ ਗਈ। ਇਹ ਮੰਨ ਰਹੇ ਆ ਗਲਤੀ ਹੋ ਗਈ, ਗਲਤੀ ਕਾਹਤੋਂ ਹੋਈ ਜੀ? ਛੋਟੀ ਮੋਟੀ ਗਲਤੀ ਨੇ ਕੰਨ ਪਾੜਤਾ ਜੀ। ਹਾਂਜੀ ਕੰਨ ਪਾੜਤਾ ਆ, ਉਹ ਵੀ ਜਿਹੜਾ ਕੰਨ ਸਹੀ ਆ ਉਹਦਾ ਆਪਰੇਸ਼ਨ ਕਰਤਾ, ਜਿਹੜਾ ਖਰਾਬ ਆ ਉਹਦਾ ਆਪਰੇਸ਼ਨ ਕੀਤਾ ਹੀ ਨਹੀਂ ਅਜੇ। ਬਾਂਹ ਦੇ ਉੱਤੇ ਵੀ ਨਿਸ਼ਾਨੀ ਲਾਈ ਹੈ ਵੀ ਬਾਂਹ ਦੇ ਉੱਤੇ ਨਿਸ਼ਾਨੀ ਲਾਈ ਹੈ, ਤੁਸੀਂ ਦੇਖ ਸਕਦੇ ਹੋ ਕਿ ਚੱਕਰ ਲਗਾਇਆ ਕਿ ਇਸ ਸਾਈਡ ਤੋਂ ਆਪਾਂ ਕੰਨ ਦਾ ਆਪਰੇਸ਼ਨ ਕਰਨਾ ਹੈ ਤੇ ਦੂਸਰੀ ਸਾਈਡ ਤੇ ਆਪਾਂ ਬੋਤਲ ਲਾਉਣੀ ਆ, ਜਿਹੜੀ ਸਾਈਡ ਤੇ ਨਿਸ਼ਾਨੀ ਲਾਈ ਉਸੇ ਸਾਈਡ ਤੇ ਇਹਨਾਂ ਨੇ ਆਪਰੇਸ਼ਨ ਕਰਤਾ। ਤੁਸੀਂ ਐਡਮਿਟ ਕਦੋਂ ਹੋਏ ਸੀਗੇ? ਐਡਮਿਟ ਅਸੀਂ ਅੱਜ ਸਵੇਰ ਹੀ ਹੋਏ ਆ 9:30। ਹੁਣ ਕੀ ਕਹਿ ਰਿਹਾ ਡਾਕਟਰ? ਕੋਈ ਸਰਕਾਰੀ ਰਿਕਾਰਡ ਦੇਖ ਨਹੀਂ ਦੇ ਰਿਹਾ ਜੀ। ਹੁਣ ਕੋਈ ਹੁਣ ਤੁਹਾਨੂੰ ਕੀ ਕਹਿ ਰਿਹਾ ਡਾਕਟਰ? ਹੁਣ ਮੈਨੂੰ ਨਾ ਤਾਂ ਫਾਈਲ ਦਿੰਦੇ ਪਏ ਨੇ, ਮੈਂ ਫਾਈਲ ਮੰਗ ਰਿਹਾ ਕਿ ਮੈਨੂੰ ਫਾਈਲ ਦੇ ਦਿਓ। ਉੱਪਰਲਾ ਸਟਾਫ ਕਹਿ ਰਿਹਾ ਦੂਸਰੇ ਕੋਲ ਜਾਓ, ਦੂਸਰਾ ਕਹਿ ਰਿਹਾ ਦੂਸਰੇ ਕੋਲ ਜਾਓ ਤੇ ਡਾਕਟਰ ਸਾਹਿਬ ਇੱਥੇ ਆਏ ਨਹੀਂ। ਉਹ ਤੁਰੰਤ ਭੱਜ ਗਏ ਜਦੋਂ ਮੈਂ ਇਹ ਗੱਲ ਕਹੀ ਸੀ ਕਿ ਤੁਸੀਂ ਗਲਤ ਆਪਰੇਸ਼ਨ ਕੀਤਾ, ਉਹ ਗੱਡੀ ਚੱਕੀ ਭੱਜ ਗਈ। ਉਹ ਪੀੜੀ ਇਹਨਾਂ ਨੇ ਤੁਰੰਤ ਬੰਦ ਕਰਤੀ। SMO ਸਾਹਿਬ ਵੀ ਉਸੇ ਵੇਲੇ ਚਲੇ ਗਏ ਆ। ਇਹ ਸਾਰੇ ਇਸ ਟਾਈਮ ਹੀ ਦੇਖ ਸਕਦੇ ਲੋਕ ਲੱਗਾ ਹੋਇਆ। ਤਾਂ ਇਹਨਾਂ ਨੇ ਮੇਰੀ ਉਸ ਤੋਂ ਬਾਅਦ ਕੋਈ ਗੱਲ ਨਹੀਂ ਸੁਣੀ। ਉਸ ਤੋਂ ਆਹ ਜਿਹੜੀ ਬੋਤਲ ਉਦੋਂ ਦੀ ਚੱਲਦੀ ਪਈ ਹੈ। ਕੋਈ ਇੱਥੇ ਨਾ ਨਰਸ ਆਈ ਆ ਨਾ ਡਾਕਟਰ ਆਇਆ। ਹੁਣ ਮਰੀਜ਼ ਕਿਤੇ ਸਾਰੇ ਛੱਡ ਕੇ ਜਾਈਏ?